ਹਾਂਜੀ ਕਿੱਦਾਂ ਸਾਰੇ? ਮੈਨੂੰ ਨਾ ਵੀਰ ਭਰਾ ਨੇ ਇੱਕ ਕੁਐਸਚਨ ਕੀਤਾ ਸੀਗਾ ਕਿ ਸਾਡੇ ਕੋਲ 3 ਸਾਲ ਦਾ ਐਕਸਪੀਰੀਅੰਸ ਹੈਗਾ ਇੰਡੀਆ ਤੋਂ, ਅਤੇ ਇੱਥੇ ਆ ਕੇ ਅਸੀਂ ਕਿਵੇਂ ਟਰੱਕ ਡਰਾਈਵ ਕਰ ਸਕਦੇ ਹਾਂ ਅਤੇ ਕਿਹੜੇ ਵੀਜ਼ੇ 'ਤੇ ਕਰ ਸਕਦੇ ਹਾਂ, ਅਤੇ ਉਹਦੇ ਰਿਲੇਟਡ ਮੈਂ ਇੱਕ ਵੀਡੀਓ ਬਣਾਈ ਆ, ਉਹਦੇ ਵਿੱਚ ਸਾਰਾ ਕੁਝ ਦੱਸਿਆ। ਅਤੇ ਬਾਈ ਮੇਰੇ ਉਹ ਵੀਡੀਓ ਦੇਖਿਓ, ਜੇ ਕਿਸੇ ਨੂੰ ਇਨਫੋਰਮੇਸ਼ਨ ਸਹੀ ਮਿਲ ਗਈ ਆ ਉਹਦੇ ਵਿੱਚੋਂ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦਿਓ, ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ। ਮੈਂ ਆਪਣੇ ਵੱਲੋਂ ਪੂਰੀ ਟਰਾਈ ਕੀਤੀ ਆ ਕਿ ਸਾਰਾ ਕੁਝ ਦੱਸਾਂ, ਅਤੇ ਉਹਦੇ ਵਿੱਚ ਦੱਸਿਆ ਵੀ ਆ, ਅਤੇ ਤੁਸੀਂ ਚੈੱਕ ਕਰ ਸਕਦੇ ਜੇ, ਦੇਖ ਲਓ ਵੀਡੀਓ ਪੂਰੀ। ਜਿਵੇਂ ਕਿ ਤੁਹਾਡੇ ਕੋਲ ਇੰਡੀਆ ਦਾ ਐਕਸਪੀਰੀਅੰਸ ਹੈਗਾ, ਲਾਈਸੈਂਸ ਹੈਗਾ ਤੁਹਾਡੇ ਕੋਲ ਹੈਵੀ ਵਹੀਕਲ ਦਾ, ਲਾਈਕ 2 ਸਾਲ ਤੋਂ ਵੱਧ ਦਾ ਐਕਸਪੀਰੀਅੰਸ ਤੁਹਾਡੇ ਕੋਲ ਹੋਣਾ ਚਾਹੀਦਾ ਕਿਸੇ ਵੀ ਕੰਟਰੀ ਦਾ। ਜੇ ਤੁਹਾਡੇ ਕੋਲ ਇੰਡੀਆ ਦਾ ਹੈਗਾ ਤਾਂ ਤੁਸੀਂ ਇੰਡੀਆ ਦੇ ਐਕਸਪੀਰੀਅੰਸ ਦੇ ਨਾਲ ਇੱਥੇ ਆ ਕੇ ਡਰਾਈਵ ਟੈਸਟ ਦੇ ਵਿੱਚ ਜਾ ਕੇ ਸਭ ਤੋਂ ਪਹਿਲਾਂ ਨੌਲੇਜ ਟੈਸਟ ਕਲੀਅਰ ਕਰਨਾ ਪੈਂਦਾ ਤੁਹਾਨੂੰ। ਉਹ MCQ ਟਾਈਪ ਹੁੰਦਾ ਲੈਪਟੋਪ 'ਤੇ ਜਾਂ ਕੰਪਿਊਟਰ 'ਤੇ, ਉਹ ਤੁਹਾਡਾ ਟੈਸਟ ਕਰਾਉਂਦੇ ਆ। ਨਾਲ ਇੱਕ ਕੁਐਸਚਨ ਤੋਂ, ਹਰ ਇੱਕ ਕੁਐਸਚਨ ਦੇ 4-4 ਆਪਸ਼ਨਾਂ ਦਿੱਤੀਆਂ ਹੁੰਦੀਆਂ, ਉਹਦੇ ਵਿੱਚ ਤੁਸੀਂ ਕੁਐਸਚਨ ਚੂਜ਼ ਕਰਕੇ ਉਹਨੂੰ ਸਹੀ ਚੂਜ਼ ਕਰਕੇ ਉਹ ਟੈਸਟ ਨੂੰ ਪਾਸ ਕਰਨਾ ਹੁੰਦਾ। ਮੈਕਸੀਮਮ ਆਪਾਂ ਗਲਤੀਆਂ ਕਰ ਸਕਦੇ ਹਾਂ 4-4 ਤੋਂ ਵੱਧ ਗਲਤੀ ਜਿਹੜੀ ਹੋ ਗਈ, 4 ਤੋਂ ਵੱਧ ਕੁਐਸਚਨ ਜੇ ਆਪਾਂ ਗਲਤ ਆਂਸਰ ਦੇ ਦਿੱਤੇ ਤਾਂ ਆਪਾਂ ਫੇਲ ਹੋ ਜਾਂਦੇ ਹਾਂ। ਤਾਂ ਮੇਰਾ ਬਹੁਤ ਧਿਆਨ ਰੱਖਣਾ ਪੈਂਦਾ, ਅਤੇ ਨੌਲੇਜ ਟੈਸਟ ਕਲੀਅਰ ਕਰਨ ਦੀ ਜਿਹੜੀ ਫੀਸ ਹੁੰਦੀ ਆ, ਨਾਲ ਹੀ ਰੋਡ ਟੈਸਟ ਦੀ ਫੀਸ ਨਾਲ ਹੀ ਲੈ ਲੈਂਦੇ ਆ, ਤਕਰੀਬਨ $150 ਲੱਗਦਾ ਉਸ ਟਾਈਮ 'ਤੇ, ਨਾਲ ਰੋਡ ਟੈਸਟ ਨਾਲ ਨੌਲੇਜ ਟੈਸਟ ਦੋਨੋਂ ਪਲੱਸ। ਅਤੇ ਫਿਰ ਤੁਹਾਨੂੰ ਇੱਥੋਂ ਦੇ ਹਿਸਾਬ ਨਾਲ ਡਰਾਈਵਿੰਗ ਸਿੱਖਣ ਵਾਸਤੇ, ਡਰਾਈਵਿੰਗ ਤੁਹਾਨੂੰ ਆਉਂਦੀ ਹੋਊਗੀ, ਇੰਡੀਆ ਦਾ ਐਕਸਪੀਰੀਅੰਸ ਹੋਊਗਾ 2 ਤੋਂ 3 ਸਾਲ ਦਾ, 4 ਸਾਲ ਦਾ, 5 ਸਾਲ ਦਾ। ਇੱਥੇ ਆ ਕੇ ਇੱਧਰ ਦੇ ਰੂਲ ਦੇ ਹਿਸਾਬ ਨਾਲ ਤੁਹਾਨੂੰ 3 ਜਾਂ 4 ਲੈਸਨ ਲੈਣੇ ਪੈਣਗੇ ਜਾਂ 2 ਲੈਸਨ ਲੈਣੇ ਪੈਣਗੇ, ਜਦੋਂ ਤੁਹਾਨੂੰ ਸਮਝ ਲੱਗ ਗਈ ਰੂਲਸ ਦੀ ਕਿ ਕਿਵੇਂ ਡਰਾਈਵ ਕਰਨਾ, ਕਿਉਂਕਿ ਇੰਡੀਆ ਤੋਂ ਬਿਲਕੁਲ ਓਪੋਜ਼ਿਟ ਸਾਈਡ 'ਤੇ ਡਰਾਈਵ ਕਰੀਦਾ ਆਪਾਂ ਇੱਥੇ, ਅਤੇ ਇੱਧਰ ਦੇ ਰੂਲ ਵੀ ਅਲੱਗ ਆ, ਇਕੱਲਾ ਰੂਲ ਫੋਲੋ ਕਰਨਾ ਪੈਂਦਾ। ਸੋ ਤੁਹਾਨੂੰ ਰੂਲ ਸਮਝਣ ਲਈ 2 ਜਾਂ 3 ਲੈਸਨ ਲੈਣੇ ਪੈਣਗੇ ਕਿਸੇ ਵੀ ਸਰਟੀਫਾਈਡ ਜਿਹੜਾ ਵੀ ਹੋਊਗਾ ਇੰਸਟਰਕਟਰ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਦੀ ਇੰਸਟਰਕਟਰ ਦੀ ਫੀਸ ਹੁੰਦੀ ਆ $30 to $35 ਇੱਕ ਲੈਸਨ ਦੀ, ਅਤੇ ਫਿਰ ਉਸ ਤੋਂ ਬਾਅਦ ਤੁਹਾਨੂੰ ਉਹ ਹੀ ਤੁਹਾਡਾ ਟੈਸਟ ਬੁੱਕ ਕਰੇਗਾ, ਕੋਈ ਫੀਸ ਨਹੀਂ ਦੇਣੀ ਪੈਣੀ ਟੈਸਟ ਬੁੱਕ ਕਰਨ ਦੀ, ਉਹਨੇ ਤੁਹਾਨੂੰ ਤਰੀਕ ਦਊਗਾ। ਰੂਟ ਟੈਸਟ ਵੀ ਹਾਈਵੇ ਦੇ ਉੱਤੇ ਤੁਸੀਂ ਟੈਸਟ ਲੈਣਾ, ਅਤੇ ਹਾਈਵੇ ਦੇ ਉੱਤੇ ਟੈਸਟ ਦੇਣਾ ਅਤੇ ਉਹ ਟਾਈਮ ਦੇ ਉੱਤੇ ਤੁਹਾਨੂੰ ਬਹੁਤ ਚੀਜ਼ਾਂ ਦਾ ਧਿਆਨ ਰੱਖਣਾ ਪੈਣਾ, ਜਿਵੇਂ ਕਿ ਲਾਈਨ ਚੇਂਜ ਕਰਨ ਲੱਗਿਆਂ ਸਪੀਡ ਸਲੋਅ ਨਹੀਂ ਹੋਣੀ ਚਾਹੀਦੀ, ਬਲਾਈਂਡ ਸਪੋਟ ਦੇਖਣੇ ਆ, ਆਪਣੀ ਧੁਣ ਘੁੰਮਣੀ ਚਾਹੀਦੀ ਆ ਦੋਨਾਂ ਸਾਈਡਾਂ 'ਤੇ ਜਦੋਂ ਵੀ ਲਾਈਨ ਚੇਂਜ ਕਰਨੀ ਆ, ਅਤੇ ਲਾਈਨ ਚੇਂਜ ਕਰਨ ਤੋਂ ਪਹਿਲਾਂ ਇੰਡੀਕੇਟਰ ਦੇਣਾ, ਇਹ ਸਾਰਾ ਕੁਝ ਦੇਖਣਾ ਪੈਣਾ ਉੱਥੇ, ਅਤੇ ਇਹ ਚੀਜ਼ਾਂ ਹੋ ਗਈਆਂ। ਫਿਰ ਤੁਸੀਂ ਇਸ ਤੋਂ ਬਾਅਦ ਜੇ ਤੁਸੀਂ ਟਰੱਕ ਡਰਾਈਵ ਕਰਨਾ ਚਾਹੁੰਦੇ ਜੀ, ਜੀ ਟੈਸਟ ਕਲੀਅਰ ਕਰਦਾ ਵਾ ਹਾਈਵੇ ਦਾ, ਰੋਡ ਹਾਈਵੇ ਦਾ ਜਿਹੜਾ ਟੈਸਟ ਉਹਨੂੰ ਕਹਿੰਦੇ ਜੀ ਕਲਾਸ ਜੀ ਲਾਈਸੈਂਸ, ਅਤੇ ਉਸ ਤੋਂ ਬਾਅਦ ਤੁਸੀਂ ਜੇ ਟਰੱਕ ਦਾ ਲਾਈਸੈਂਸ ਲੈਣਾ ਚਾਹੁੰਦੇ ਜੇ ਤਾਂ ਉਸ 'ਤੇ ਹੋਰ 2 ਜਾਂ 3 ਟੈਸਟ ਐਡ ਕਰਨੇ ਪੈਂਦੇ ਨਾਲ, ਉਹ ਵੀ ਮੈਂ ਤੁਹਾਨੂੰ ਦੱਸਦਾ ਹੁਣੇ। ਅਤੇ ਫਿਰ ਉਸ ਤੋਂ ਬਾਅਦ ਆਪਾਂ ਆ ਜਾਂਦੇ ਟਰੱਕ ਦੇ ਲਾਈਸੈਂਸ 'ਤੇ, ਅਤੇ ਟਰੱਕ ਦਾ ਲਾਈਸੈਂਸ ਇੱਦਾਂ ਕਿ ਸਭ ਤੋਂ ਪਹਿਲਾਂ ਆਪਾਂ ਨੂੰ ਜੈਟ ਇੰਡੋਰਸਮੈਂਟ ਦਾ ਕਲਾਸਾਂ ਲੈਣੀਆਂ ਪੈਂਦੀਆਂ 2 ਦਿਨ ਦੀਆਂ, ਵੀਕਐਂਡ 'ਤੇ ਹੁੰਦੀਆਂ ਸ਼ਨੀਵਾਰ ਐਤਵਾਰ, ਅਤੇ ਉਹ ਟੈਸਟ ਪਾਸ ਕਰਨਾ ਪੈਂਦਾ ਆਪਾਂ ਨੂੰ। ਉਹਨੂੰ ਕਹਿ ਦਿੰਦੇ ਆ ਏਅਰ ਬ੍ਰੇਕਾਂ ਦਾ ਟੈਸਟ ਹੁੰਦਾ ਆਪਣੇ ਇੱਧਰ ਟਰੱਕ ਸਾਰੇ ਏਅਰ ਬ੍ਰੇਕ ਸਿਸਟਮ ਦੇ ਚੱਲਦੇ ਆ, ਜਿਹੜੀਆਂ ਬ੍ਰੇਕਾਂ ਏਅਰ ਬੈਗਰ ਹੁੰਦੇ ਆ ਲੱਗੇ ਟਰੱਕ ਦੇ, ਹੈ ਨਾ, ਤਾਂ ਉਹਦੇ ਹਿਸਾਬ ਨਾਲ ਚੱਲਦੇ ਆ, ਤਾਂ ਆਪਾਂ ਨੂੰ ਏਅਰ ਬ੍ਰੇਕ ਦਾ ਟੈਸਟ ਦੇਣਾ ਪੈਂਦਾ, $250 ਲੱਗਦਾ ਉਹਦੀ ਫੀਸ ਆ, ਵੀਕਐਂਡ 'ਤੇ ਹੁੰਦੀਆਂ 2-3 ਦੀਆਂ ਕਲਾਸਾਂ। ਅਤੇ ਉਸ ਤੋਂ ਬਾਅਦ ਆਪਾਂ ਨੂੰ ਟਰੱਕ ਦਾ ਰਿਟਨ ਟੈਸਟ ਦੇਣਾ ਪੈਂਦਾ, ਨੌਲੇਜ ਟੈਸਟ, ਉਹ ਵੀ ਉੱਥੇ ਡਰਾਈਵ ਸੈਂਟਰ ਜਾ ਕੇ ਆਪਾਂ ਨੂੰ ਟੈਸਟ ਪਾਸ ਕਰਨਾ ਪੈਂਦਾ, MCQ ਟਾਈਪ ਹੁੰਦੇ ਆ ਉਹਨਾਂ ਦੇ ਕੰਪਿਊਟਰ ਦੇ ਉੱਤੇ ਹੀ, ਅਤੇ ਆਪਾਂ ਚੂਜ਼ ਵਨ ਕਰਨਾ ਹੁੰਦਾ ਸਾਰੀਆਂ ਆਪਸ਼ਨਾਂ ਦੇ ਵਿੱਚੋਂ, ਮਲਟੀਪਲ ਚੋਇਸ ਦੇ ਵਿੱਚੋਂ। ਉਹ ਪਾਸ ਕਰਨ ਤੋਂ ਬਾਅਦ ਫਿਰ ਮੇਨ ਚੀਜ਼ ਆਉਂਦੀ ਆ, ਤੁਸੀਂ
ਦਾ ਜਿਹੜਾ ਟ੍ਰੇਨਿੰਗ ਆ ਨਾ, ਡੇਢ ਤੋਂ ਦੋ ਮਹੀਨੇ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਤੁਹਾਨੂੰ ਇੰਸਟਰਕਟਰ ਵੱਲੋਂ। ਸਰਟੀਫਾਈਡ ਸਕੂਲ ਦੇ ਵਿੱਚ ਜਾ ਕੇ ਟ੍ਰੇਨਿੰਗ ਲੈਣੀ ਪੈਂਦੀ ਆ ਡੇਢ ਤੋਂ ਦੋ ਮਹੀਨੇ ਦੀ। ਫਿਰ ਉਹ ਟੈਸਟ ਦੀ ਤਰੀਕ ਬੁੱਕ ਕਰਦਾ ਤੁਹਾਡੇ ਵਾਸਤੇ, ਫਿਰ ਤੁਸੀਂ ਟੈਸਟ ਦਿੰਦੇ ਜੀ। ਉਹਦੇ ਵਿੱਚ ਚਾਰ ਚੀਜ਼ਾਂ ਇਨਕਲੂਡ ਹੁੰਦੀਆਂ, ਟਰੱਕ ਦੀ ਇੰਸਪੈਕਸ਼ਨ ਕਿਵੇਂ ਕਰਨੀ ਆ, ਟਰੱਕ ਨੂੰ ਹੁੱਕ ਅਨਹੁੱਕ ਕਿਵੇਂ ਕਰਨਾ, ਟ੍ਰੇਲਰ ਟਰੈਕਟਰ ਨੂੰ ਅਨਕਪਲਿੰਗ ਕਪਲਿੰਗ, ਅਤੇ ਉਸ ਤੋਂ ਬਾਅਦ ਆਉਂਦੀ ਆ ਤੁਹਾਡੀ ਬੈਕਿੰਗ, ਬੈਕ ਕਿਵੇਂ ਲਾਉਣੀ ਆ ਉਹ ਵੀ ਸਿਖਾਉਂਦੇ ਆ, ਅਤੇ ਫਿਰ ਰੋਡ 'ਤੇ ਕਿਵੇਂ ਚਲਾਉਣਾ, ਇਹ ਸਾਰਾ ਕੁਝ ਦੱਸਿਆ ਜਾਂਦਾ ਉਹਦੇ ਵਿੱਚ ਡੇਢ ਤੋਂ ਦੋ ਮਹੀਨੇ ਦੇ ਵਿੱਚ ਤੁਹਾਨੂੰ। ਅਤੇ ਡੇਲੀ ਕਲਾਸਾਂ ਲੱਗਦੀਆਂ ਹੋਣਗੀਆਂ ਤੁਹਾਡੀਆਂ, ਅਤੇ ਬਾਅਦ ਵਿੱਚ ਇਸਦੀ ਫੀਸ ਟੋਟਲ ਹੈਗੀ ਆ $5,000, ਠੀਕ ਆ। ਅਤੇ ਇਹਦੇ ਵਿੱਚ ਇੱਕ ਵਾਰੀ ਫੇਲ ਹੋ ਜਾਓਗੇ ਤਾਂ ਦੂਜੀ ਵਾਰੀ ਵੀ ਤੁਹਾਨੂੰ ਫ੍ਰੀ ਦੇ ਵਿੱਚ ਤੁਸੀਂ ਟੈਸਟ ਦੇ ਸਕਦੇ ਜੇ, ਬਲਕਿ $5,000 ਤੁਹਾਡਾ ਟੋਟਲ ਕੋਰਸ ਹੋਊਗਾ ਇਕੱਲੇ ਟਰੱਕ ਦੀ ਟ੍ਰੇਨਿੰਗ ਤੋਂ ਲੈ ਕੇ ਟੈਸਟ ਤੱਕ। ਅਤੇ ਤੁਹਾਨੂੰ ਮੇਰੇ ਵੀਰ ਨੇ ਕੁਐਸਚਨ ਕੀਤਾ ਸੀਗਾ ਕਿ ਕਿਹੜਾ ਵੀਜ਼ਾ ਚਾਹੀਦਾ ਟਰੱਕ ਡਰਾਈਵ ਕਰਨ ਲਈ। ਵੀਰੇ ਮਿਨੀਮਮ ਆਪਣੇ ਕੋਲੋਂ ਵਰਕ ਪਰਮਿਟ ਹੋਣਾ ਚਾਹੀਦਾ, ਆਪਣੇ ਕੋਲ ਵਰਕ ਪਰਮਿਟ ਹੋਊਗਾ ਤਾਂ ਆਪਾਂ ਟਰੱਕ ਡਰਾਈਵ ਕਰ ਸਕਦੇ ਹਾਂ, ਅਦਰਵਾਈਜ਼ ਨਹੀਂ ਕਰ ਸਕਦੇ। ਟਰੱਕ ਡਰਾਈਵ ਆਪਾਂ ਵਰਕ ਪਰਮਿਟ 'ਤੇ ਹੀ ਕਰ ਸਕਦੇ ਹਾਂ, ਜਾਂ ਉਸ ਤੋਂ ਬਾਅਦ PR 'ਤੇ ਜਾਂ ਸਿਟੀਜ਼ਨਸ਼ਿਪ 'ਤੇ ਆਪਾਂ ਕਰ ਸਕਦੇ ਹਾਂ, ਪਰ ਮਿਨੀਮਮ ਆਪਣੇ ਕੋਲੋਂ ਵਰਕ ਪਰਮਿਟ ਹੋਣਾ ਚਾਹੀਦਾ, ਅਤੇ ਫਿਰ ਹੀ ਆਪਾਂ ਟਰੱਕ ਡਰਾਈਵ ਕਰ ਸਕਦੇ ਹਾਂ, ਠੀਕ ਆ ਜੀ। ਸੋ ਇਹ ਸੀਗੀ ਅੱਜ ਦੀ ਇਨਫੋਰਮੇਸ਼ਨ। ਜਿੰਨਾ ਵੀ ਵੀਰਾਂ ਨੂੰ ਇਨਫੋਰਮੇਸ਼ਨ ਚਾਹੀਦੀ ਸੀਗੀ ਇਹਦੇ ਰਿਕਾਰਡਿੰਗ, ਤਾਂ ਉਹ ਮੈਂ ਸਾਰਾ ਕੁਝ ਦੱਸ ਦਿੱਤਾ ਇਹਦੇ ਵਿੱਚ, ਇਸ ਵੀਡੀਓ ਦੇ ਵਿੱਚ। ਤਾਂ ਜੇ ਸਭ ਨੂੰ ਵਧੀਆ ਲੱਗੀ ਹੋਈ, ਜੇ ਇਨਫੋਰਮੇਸ਼ਨ ਮਿਲ ਗਈ ਆ ਪ੍ਰੋਪਰ, ਤਾਂ ਬਾਈ ਮੇਰੇ ਵੀਡੀਓ ਨੂੰ ਲਾਈਕ ਕਰ ਦਿਉ, ਵੀਡੀਓ 'ਤੇ ਕਮੈਂਟ ਕਰ ਦਿਉ, ਅਤੇ ਸ਼ੇਅਰ ਕਰ ਦਿਉ ਆਪਣੇ ਦੋਸਤਾਂ ਨੂੰ, ਹੋਰਾਂ ਨੂੰ ਵੀ ਜਿਨ੍ਹਾਂ ਨੂੰ ਮੇਰੇ ਰਿਗਾਰਡਿੰਗ ਇਨਫੋਰਮੇਸ਼ਨ ਚਾਹੀਦੀ ਆ। ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ।